ਕਹਿੰਦੇ ਕਿਸੇ ਨਗਰ ਦੇ ਵਿੱਚ ਇੱਕ ਕਿਸਾਨ ਰਿਹਾ ਕਰਦਾ ਸੀ। ਕਹਿੰਦੇ ਉਹਦੀ ਇੱਕ ਪਤਨੀ ਸੀ ਜਿਸ ਦਾ ਨਾਮ ਰੂਪਾ ਸੀ। ਕਹਿੰਦੇ ਉਹਨਾਂ ਦੇ ਘਰ ਕੁਝ ਸਮਾਂ ਲੰਘਿਆ ਅਤੇ ਧੀ ਦਾ ਜਨਮ ਹੋਇਆ। ਕਹਿੰਦੇ ਧੀ ਦਾ ਜਦੋਂ ਜਨਮ ਹੋਇਆ ਤਾਂ ਧੀ ਇੰਨੀ ਜ਼ਿਆਦਾ ਸੋਹਣੀ ਸੀ ਵੀ ਜੋ ਵੀ ਵੇਖਣ ਆਉਂਦਾ ਉਹੀ ਕਹਿੰਦਾ ਵੀ ਚੰਨ ਵਾਂਗ ਸੋਹਣੀ ਹੈ। ਕਹਿੰਦੇ ਐਵੇਂ ਲੱਗਦਾ ਹੈ ਜਿਵੇਂ ਪੂਰਾ ਚੰਨ ਹੀ ਚੜ ਆਇਆ ਹੋਵੇ। ਕਹਿੰਦੇ ਲੋਕਾਂ ਨੇ ਆਖ ਵੇਖ ਕੇ ਅਤੇ ਉਹਦਾ ਨਾਮ ਪੁੰਨਿਆ ਰੱਖ ਦਿੱਤਾ। ਕਹਿੰਦੇ ਪੁੰਨਿਆ ਜਿਵੇਂ ਜਿਵੇਂ ਵੱਡੀ ਹੁੰਦੀ ਜਾਵੇ ਉਨੀ ਹੀ ਸੋਹਣੀ ਹੁੰਦੀ ਜਾਵੇ। ਕਹਿੰਦੇ ਕੁਝ ਸਮਾਂ ਲੰਘਿਆ ਅਤੇ ਉਹਦੀ ਮਾਂ ਬਿਮਾਰ ਹੋ ਗਈ, ਮੰਜੇ 'ਤੇ ਐਸੀ ਪਈ ਕਿ ਜਿਵੇਂ ਮੰਜੇ ਨੂੰ ਹੀ ਫੜ ਲਿਆ ਹੋਵੇ। ਕਹਿੰਦੇ ਕੁਝ ਸਮਾਂ ਲੰਘਿਆ ਅਤੇ ਉਹ ਅਕਾਲ ਚਲਾਣੇ ਕਰ ਗਈ। ਹੁਣ ਉਹ ਕਿਸਾਨ ਪੁੰਨਿਆ ਦਾ ਧਿਆਨ ਘਰ ਵਿੱਚ ਰੱਖਦਾ, ਕਹਿੰਦੇ ਫਿਰ ਖੇਤਾਂ 'ਤੇ ਨਾ ਜਾ ਪਾਉਂਦਾ। ਲੋਕਾਂ ਨੇ, ਗਵਾਂਢੀਆਂ ਨੇ ਆਖ ਵੇਖ ਕੇ ਕਿਹਾ ਵੀ ਤੂੰ ਨਾ ਦੂਜਾ ਵਿਆਹ ਕਰ ਲੈ, ਇਹਨੂੰ ਮਾਂ ਦੀ ਜ਼ਰੂਰਤ ਹੈ ਅਤੇ ਤੂੰ ਫਿਰ ਖੇਤ 'ਤੇ ਚਲਾ ਜਾਇਆ ਕਰੇਗਾ। ਕਹਿੰਦੇ ਉਹਨੇ ਮਨ੍ਹਾ ਕਰ ਦਿਆ ਕਰਨਾ। ਉਹ ਖੇਤ ਆਪਣੀ ਧੀ ਨੂੰ ਨਾਲ ਲੈ ਕੇ ਜਾਇਆ ਕਰਦਾ, ਕਹਿੰਦੇ ਉੱਥੇ ਕੰਮ ਕਰਦਾ, ਪਰ ਜਦੋਂ ਰੋਂਦੀ ਬਿਲਕਦੀ ਤਾਂ ਲੈ ਕੇ ਘਰ ਵਾਪਸ ਆ ਜਾਂਦਾ। 6 ਮਹੀਨੇ ਦੇਖੇ ਅਤੇ ਫਸਲ ਬਾੜੀ ਕੱਖ ਨਾ ਹੋਈ। ਕਹਿੰਦੇ ਹਾਰ ਥੱਕ ਕੇ ਅਤੇ ਉਹਨੇ ਦੂਜਾ ਵਿਆਹ ਕਰ ਲਿਆ। ਕਹਿੰਦੇ ਜਿਹੜੀ ਦੂਜੀ ਮਾਂ ਆਈ ਨਾ ਉਹਨੇ ਬੜਾ ਕਰਿਆ ਕਰਨਾ, ਪਰ ਕਹਿੰਦੇ ਕੁਝ ਸਮਾਂ ਲੰਘਿਆ ਅਤੇ ਉਹਦੇ ਘਰ ਨਾਲ ਇੱਕ ਧੀ ਦਾ ਜਨਮ ਹੋਇਆ। ਕਹਿੰਦੇ ਜਦੋਂ ਧੀ ਦਾ ਜਨਮ ਹੋਇਆ ਤਾਂ ਉਹਦਾ ਤਾਂ ਵਤੀਰਾ ਹੀ ਬਦਲ ਗਿਆ ਪੁੰਨਿਆਂ ਦੇ ਪ੍ਰਤੀ। ਉਹਨੇ ਪੁੰਨਿਆਂ ਦੇ ਨਾਲ ਈਰਖਾ ਕਰਨ ਲੱਗ ਗਈ। ਕਹਿੰਦੇ ਉਹਦੀ ਜਿਹੜੀ ਧੀ ਹੋਈ ਨਾ ਉਹ ਬਾਹਲੀ ਕਾਲੇ ਰੰਗ ਦੀ ਅਤੇ ਕਰੂਪ ਸੀ। ਲੋਕਾਂ ਨੇ ਆਖਿਆ ਇੱਕ ਪੁੰਨਿਆ ਅਤੇ ਦੂਜੀ ਤਾਂ ਮੱਸਿਆ ਜਾਂਪੀ ਹੈ, ਜਦੋਂ ਐਵੇਂ ਕਿਹਾ ਕਰਨਾ ਅਤੇ ਉਹਦਾ ਹੋਰ ਕਾਲਜਾ ਮੱਚਿਆ ਕਰਨਾ। ਕਹਿੰਦੇ ਉਹਨੇ ਉਹਦੇ ਨਾਲ ਹੋਰ ਜ਼ਿਆਦਾ ਈਰਖਾ ਕਰਿਆ ਕਰਨੀ। ਕਹਿੰਦੇ ਕੁਝ ਸਮਾਂ ਹੋਰ ਲੰਘਿਆ ਅਤੇ ਕਹਿੰਦੇ ਉਹਦੇ ਘਰ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ। ਕਹਿੰਦੇ ਹੁਣ ਤਾਂ ਉਹ ਕਿਸੇ ਨੂੰ ਮਿੱਥ ਕੇ ਵੀ ਨਹੀਂ ਸੀ ਬਹਿੰਦੀ। ਕਹਿੰਦੇ ਹੌਲੀ ਹੌਲੀ ਸਮਾਂ ਲੰਘਣ ਲੱਗਾ, ਜਵਾਕ ਵੱਡੇ ਹੋਣ ਲੱਗੇ, ਉਹ ਪੁੰਨਿਆਂ ਦੇ ਨਾਲ ਉਦੋਂ ਵੱਧ ਈਰਖਾ ਕਰਨ ਲੱਗੀ। ਕਹਿੰਦੇ ਹੁਣ ਦਿਨ ਹੌਲੀ ਹੌਲੀ ਜਦੋਂ ਲੰਘਦੇ ਅਤੇ ਕਹਿੰਦੇ ਉਹ ਪੁੰਨਿਆ ਸਵੇਰੇ ਉੱਠ ਪਰਮਾਤਮਾ ਦਾ ਨਾਮ ਲੈਂਦੀ, ਹਰ ਇੱਕ ਨੂੰ ਕਹਿੰਦੇ ਇੱਜ਼ਤ ਦੇ ਨਾਲ ਬੁਲਾਉਂਦੀ। ਗਵਾਂਢੀਆਂ ਦੇ ਘਰ ਕੋਈ ਵੀ ਬੁਲਾਉਂਦਾ ਅਤੇ ਇੱਜ਼ਤ ਦੇ ਨਾਲ ਉਹਨਾਂ ਦੇ ਘਰ ਜਾਂਦੀ ਅਤੇ ਉਹਨਾਂ ਦੀ ਵੀ ਮਦਦ ਕਰਦੀ। ਪਿਤਾ ਜੀ ਖੇਤ ਤੋਂ ਆਉਂਦੇ ਅਤੇ ਹਰ ਇੱਕ ਉਹਨਾਂ ਦੀ ਗੱਲ ਮੰਨਦੀ ਅਤੇ ਗੱਲ ਸੁਣਦੀ ਵੀ। ਕਹਿੰਦੇ ਜਿਹਨੇ ਵੀ ਪਿੰਡ 'ਚ ਗੱਲ ਕਰਿਆ ਕਰਨੀ ਵੀ ਕੋਈ ਧੀ ਹੋਵੇ ਅਤੇ ਪੁੰਨਿਆ ਵਰਗੀ ਹੋਵੇ। ਕਹਿੰਦੇ ਉੱਧਰ ਜਿਹੜੀ ਮੱਸਿਆ ਸੀ ਉਹ ਕਿਸੇ ਦੇ ਆਖੇ ਨਹੀਂ ਸੀ ਲੱਗਦੀ, ਹਰ ਇੱਕ ਦੇ ਗੱਲ ਪੈ ਜਾਇਆ ਕਰਦੀ, ਆਪਣੇ ਕੰਮ ਨਾਲ ਹੀ ਮਤਲਬ ਰੱਖਦੀ ਅਤੇ ਘਰ ਦਾ ਕੋਈ ਕੰਮ ਨਾ ਕਰਿਆ ਕਰਦੀ। ਪਰ ਕਹਿੰਦੇ ਜਿਹੜਾ ਉਹ ਭਰਾ ਸੀ ਨਾ ਉਹ ਪੁੰਨਿਆਂ ਨੂੰ ਕਦੀ ਵੀ ਮਤਰੇਈ ਨਹੀਂ ਸੀ ਸਮਝਦਾ, ਉਹਨੇ ਹਮੇਸ਼ਾ ਪੁੰਨਿਆਂ ਦਾ ਆਪਣੀ ਭੈਣ ਵਾਂਗ ਹੀ ਪਿਆਰ ਕਰਿਆ ਕਰਨਾ। ਹੌਲੀ ਹੌਲੀ ਸਮਾਂ ਲੰਘਿਆ ਤਾਂ ਉਹਦਾ ਇੱਕ ਦਿਨ ਕਿਸਾਨ ਕਹਿੰਦਾ ਵੀ ਐਵੇਂ ਆਪਾਂ ਕਰੀਏ ਵੀ ਹੁਣ ਆਪਣੀ ਧੀਆਂ ਵਿਆਹ ਲਾਇਕ ਹੋ ਗਈਆਂ ਨੇ ਅਤੇ ਇਹਨਾਂ ਦਾ ਵਿਆਹ ਕਰ ਦਈਏ। ਉਹਦੀ ਘਰਵਾਲੀ ਕਹਿਣ ਲੱਗੀ ਜੀ ਪਹਿਲਾਂ ਆਪਾਂ ਆਪਣੇ ਪੁੱਤਰ ਦਾ ਵਿਆਹ ਕਰਾਂਗੇ ਅਤੇ ਫਿਰ ਹੀ ਧੀਆਂ ਦਾ। ਉਹਨੇ ਕਿਹਾ ਚੱਲ ਕੋਈ ਨਾ, ਨਾਲ ਦੇ ਪਿੰਡ ਦੀ ਇੱਕ ਕੁੜੀ ਵੇਖੀ ਅਤੇ ਉਹਦਾ ਵਿਆਹ ਕਰ ਦਿੱਤਾ ਗਿਆ। ਕਹਿੰਦੇ ਹੁਣ ਜਦੋਂ ਉਹ ਘਰ ਆਈ ਤਾਂ ਪੁੰਨਿਆਂ ਨੇ ਉਹਦੀ ਹਰ ਕੰਮ ਦੇ ਵਿੱਚ ਮਦਦ ਕਰਿਆ ਕਰਨੀ, ਪੁੰਨਿਆਂ ਨੇ ਉਹਦੇ ਅੱਗੇ ਪਿੱਛੇ ਰਿਹਾ ਕਰਨਾ, ਜੇ ਕਿਸੇ ਕੁਝ ਕਹਿ ਵੀ ਦਿਆ ਕਰਨਾ ਤਾਂ ਉਹਨੇ ਕਹਿਆ ਕਰਨਾ ਇੱਕ ਕੰਨ ਪਾ ਕੇ ਦੂਜੇ ਕੰਨ ਕੱਢ ਦਿਆ ਕਰ, ਪਰਮਾਤਮਾ ਆਪੇ ਸਭ ਦੇਖਦਾ। ਉਹਨੇ ਬੜੀਆਂ ਚੰਗੀਆਂ ਗੱਲਾਂ ਕਰਿਆ ਕਰਨੀਆਂ। ਹੁਣ ਉਹ ਆਪਣੀ ਭਾਬੀ ਦੇ ਨਾਲ ਉਹਦੀ ਬੜੀ ਜ਼ਿਆਦਾ ਬਣਨ ਲੱਗੀ, ਕਿਉਂਕਿ ਹਰ ਕੰਮ 'ਚ ਮਦਦ ਕਰਦੀ ਸੀ ਅਤੇ ਹਰ ਕਿਤੇ ਉਹਦੇ ਨਾਲ ਜਾਇਆ ਕਰਦੀ ਸੀ। ਦੂਜੇ ਪਾਸੇ ਮੱਸਿਆ ਨੇ ਕੋਈ ਵੀ ਡੱਕਾ ਨਾ ਤੋੜਿਆ ਕਰਨਾ ਅਤੇ ਉਸਨੇ ਆਪਣੀ ਭਾਬੀ ਨੂੰ ਮਾੜੇ ਸ਼ਬਦ ਹੀ ਬੋਲਿਆ ਕਰਨੇ। ਕਹਿੰਦੇ ਹੁਣ ਨਾ ਪੁੰਨਿਆ ਜਦੋਂ ਕੁਝ ਸਮਾਂ ਲੰਘਿਆ ਤਾਂ ਕਿਸਾਨ ਕਹਿੰਦਾ ਵੀ ਚਲੋ ਹੁਣ ਇਹਨਾਂ ਦਾ ਵੀ ਵਿਆਹ ਕਰ ਦਿੱਤਾ ਜਾਵੇ। ਹੁਣ ਉਹਦੀ ਪਤਨੀ ਕਹਿਣ ਲੱਗੀ ਵੀ ਦੇਖੋ ਜਿਹੜੀ ਪੁੰਨਿਆ ਵੇ ਇਹ ਸਿਆਣੀ ਅਤੇ ਸਮਝਦਾਰ, ਇਹਦਾ ਜਿੱਥੇ ਵੀ ਵਿਆਹ ਕਰਾਂਗੇ ਇਹਨੇ ਉੱਥੇ ਹੀ ਕੱਟ ਲੈਣਾ,
ਅਤੇ ਆਪਾਂ ਨਾ ਇਹਦਾ ਵਿਆਹ ਕਿਸੇ ਆਮ ਜੇ ਘਰ ਹੀ ਕਰ ਦਈਏ ਕਿਉਂਕਿ ਦਾਜ ਦਹੇਜ ਦੇਣਾ ਪਏਗਾ ਅਤੇ ਦੋ ਜਣੀਆਂ ਨੂੰ ਇੰਨਾ ਕਿੱਥੋਂ ਦੇਵਾਂਗੇ। ਹੁਣ ਆ ਘਰ ਵਾਲਾ ਵੀ ਜਿਹੜਾ ਸੀ ਉਹ ਕਿਸਾਨ ਵੀ ਸੋਚਣ ਲੱਗਾ ਵੀ ਕਹਿਣ ਤਾਂ ਠੀਕ ਦੇਈਏ। ਕਹਿੰਦੇ ਅਗਲਾ ਇੱਕ ਹੋਰ ਪਿੰਡ ਸੀ ਅਤੇ ਉੱਥੋਂ ਦੇ ਘਰ ਇੱਕ ਮੱਧਮ ਜਿਹਾ ਘਰ ਸੀ, ਉਹਨਾਂ ਕੋਲ ਇੱਕ ਦੋ ਏਕੜ ਜ਼ਮੀਨ ਸੀ ਅਤੇ ਉਹਨਾਂ ਦੇ ਘਰ ਰਿਸ਼ਤਾ ਤੈਅ ਕਰ ਆਇਆ। ਕਹਿੰਦੇ ਹੁਣ ਡੇਟ ਇੱਕ ਫਿਕਸ ਕਰ ਦਿੱਤੀ ਵੀ ਇਸ ਦਿਨ ਉਹ ਬਰਾਤ ਲੈ ਕੇ ਆਉਣਗੇ। ਹੁਣ ਮਾਂ ਨੇ ਕਿਹਾ ਵੀ ਦੇਖੋ ਖਰਚਾ ਪਾਣੀ ਤਾਂ ਆਪਾਂ ਉਸ ਦਿਨ ਕਰਨਾ ਹੀ ਹੈ, ਜੇਕਰ ਉਸ ਦਿਨ ਆਪਾਂ ਮੱਸਿਆ ਦਾ ਵੀ ਵਿਆਹ ਕਰ ਦਈਏ, ਪਰ ਮੱਸਿਆ ਦਾ ਵਿਆਹ ਆਪਾਂ ਕਿਸੇ ਚੰਗੇ ਘਰ ਕਰੀਏ, ਇਹ ਜ਼ਬਾਨ ਦੀ ਵੀ ਕੌੜੀ ਹੈ, ਇਹਨੇ ਲਾ ਕੇ ਵੀ ਨਹੀਂ ਖਾਣੀ। ਕਿਸੇ ਚੰਗੇ ਘਰ ਕਰਾਂਗੇ, ਨੌਕਰ ਚਾਕਰ ਹੋਣਗੇ, ਉਹ ਕੰਮ ਕਰਦਿਆ ਕਰਨਗੇ ਅਤੇ ਟਕੀ ਰਹੇਗੇ। ਹੁਣ ਕਿਸਾਨ ਵੀ ਵਿਚਾਰਾ ਉਹਦੇ ਆਖੇ ਲੱਗ ਕੇ ਉਸੇ ਨਗਰ ਦੇ ਵਿੱਚ ਇੱਕ ਸੇਠ ਸੀ ਅਤੇ ਉੱਥੇ ਇਹਦਾ ਵਿਆਹ ਤੈਅ ਕਰ ਆਇਆ। ਦੋਵਾਂ ਦੀ ਇੱਕੋ ਦਿਨ ਬਰਾਤ ਆਈ, ਪੁੰਨਿਆ ਨੂੰ ਕੱਖ ਵੀ ਨਾ ਦਿੱਤਾ, ਉਸੇ ਲਿਬਾਸ ਦੇ ਵਿੱਚ ਉਹਨੂੰ ਤੋਰ ਦਿੱਤਾ। ਉਸੇ ਪਾਸੇ ਮੱਸਿਆ ਨੂੰ ਆਪਣੇ ਜਿਹੜੀ ਹੈਸੀਅਤ ਦੇ ਅਨੁਤੋਂ ਕਿਤੇ ਵੱਧ ਕੇ ਉਹਨਾਂ ਦਾਜ ਦਹੇਜ ਦਿੱਤਾ। ਕਹਿੰਦੇ ਹੁਣ ਨਾ ਪੁੰਨਿਆ ਜਦੋਂ ਆਪਣੇ ਘਰ ਗਈ, ਉਹਨੇ ਆਪਣੀ ਮਿੱਠੀ ਬੋਲੀ ਦੇ ਨਾਲ ਸਾਰਿਆਂ ਦਾ ਜੀ ਜਿੱਤ ਲਿਆ। ਕਹਿੰਦੇ ਸਾਰੇ ਉਹਦੇ ਅੱਗੇ ਪਿੱਛੇ ਪੁੰਨਿਆ ਪੁੰਨਿਆ ਕਰਦੇ ਫਿਰਿਆ ਕਰਨ ਵੀ ਪੁੰਨਿਆ ਇੰਨੀ ਚੰਗੀ ਹੈ। ਉੱਥੇ ਜਾ ਕੇ ਵੀ ਉਹਨੇ ਆਸ ਪਾਸ ਦੇ ਲੋਕਾਂ ਦੇ ਨਾਲ ਬੜੇ ਪਿਆਰ ਨਾਲ ਰਿਹਾ ਕਰਨਾ। ਆਸ ਪਾਸ ਦੇ ਲੋਕਾਂ ਨੇ ਵੀ ਕਿਹਾ ਕਰਨਾ ਵੀ ਪੁੰਨਿਆ ਵਰਗੀ ਨੂੰ ਹਰ ਇੱਕ ਨੂੰ ਮਿਲੇ। ਕਹਿੰਦੇ ਹੁਣ ਨਾ ਉਸੇ ਨਗਰ ਦੇ ਵਿੱਚ ਹੀ ਉਹਦੇ ਭੈਣ ਦਾ ਹੁਣ ਘਰ ਸੀ, ਹੁਣ ਉਹਦੇ ਘਰ ਨੌਕਰ ਚਾਕਰ ਅਤੇ ਬੜਾ ਕੁਝ ਸੀ, ਪਰ ਜਦੋਂ ਉਹਨੇ ਪੁੰਨਿਆ ਬਾਰੇ ਐਵੇਂ ਗੱਲ ਪਤਾ ਲੱਗਿਆ ਕਰਨੀ, ਉਹਨੇ ਘਰ ਬੈਠੇ ਹੀ ਜਲੇ ਪੁੰਨੇ ਜਾਇਆ ਕਰਨਾ। ਕਹਿੰਦੇ ਕੁਝ ਦਿਨ ਲੰਘੇ ਅਤੇ ਉਹ ਮੱਸਿਆ ਨੇ ਨਾ ਆਪਣੇ ਘਰ ਇੱਕ ਪਾਠ ਰਖਾਇਆ, ਕਹਿੰਦੇ ਕੋਈ ਕੀਰਤਨ ਰਖਾਇਆ। ਉਹਨੇ ਸਾਰੇ ਨਗਰ ਦੇ ਲੋਕਾਂ ਨੂੰ ਸੱਦਿਆ, ਬਸ ਆਪਣੀ ਭੈਣ ਨੂੰ ਨਾ ਸੱਦਿਆ। ਕਹਿੰਦੇ ਹੁਣ ਮੱਸਿਆ ਜਿਹੜੀ ਸੀ ਉਹਨੇ ਉਸਨੂੰ ਤਾਂ ਜਾਣ ਬੁੱਝ ਕੇ ਨਹੀਂ ਸੀ ਬੁਲਾਇਆ, ਹੁਣ ਪੁੰਨਿਆ ਦੇ ਘਰ ਦੇ ਜਿਹੜਾ ਸੀ ਨਾ ਨਾਲ ਇਹ ਗਵਾਂਢਣ ਦਾ ਘਰ ਸੀ, ਉਹ ਕਹਿੰਦੀ ਭੈਣੇ ਮੈਂ ਤੇਰੀ ਭੈਣ ਦੇ ਘਰ ਕੀਰਤਨ 'ਤੇ ਚੱਲੀ ਹਾਂ, ਤੂੰ ਨਹੀਂ ਚੱਲੇਂਗੀ? ਉਹਨੇ ਕਿਹਾ ਭੈਣੇ ਉਸਨੇ ਤਾਂ ਮੈਨੂੰ ਬੁਲਾਇਆ ਹੀ ਨਹੀਂ ਹੈਗਾ। ਉਹ ਕਹਿੰਦੀ ਵੀ ਦੇਖ ਤੂੰ ਸਵੇਰੇ ਸ਼ਾਮ ਪਰਮਾਤਮਾ ਦਾ ਨਾਮ ਲੈਂਦੀ ਹੈ ਅਤੇ ਕੀਰਤਨ ਕਥਾ ਲਈ ਥੋੜ੍ਹਾ ਸੱਦੇ ਦੀ ਜ਼ਰੂਰਤ ਹੁੰਦੀ ਹੈ, ਤੂੰ ਮੇਰੇ ਨਾਲ ਚੱਲ। ਹੁਣ ਨਾ ਉਹਦੇ ਨਾਲ ਉਹ ਪਰਮਾਤਮਾ 'ਚ ਵਿਸ਼ਵਾਸ ਬੜਾ ਰੱਖਦੀ ਸੀ, ਨਾਲ ਉੱਠੀ ਅਤੇ ਉਹਦੇ ਚਲੀ ਗਈ। ਕਹਿੰਦੇ ਜਦੋਂ ਨਾਲ ਗਈ ਨਾ ਅਤੇ ਹੁਣ ਜਦੋਂ ਮੱਸਿਆ ਨੇ ਪੁੰਨਿਆ ਨੂੰ ਦੇਖਿਆ ਅਤੇ ਉਹਨੇ ਉਹਨੂੰ ਬਾਂਹ ਫੜ ਕੇ ਕਿਹਾ ਵੀ ਮੈਂ ਤਾਂ ਤੈਨੂੰ ਬੁਲਾਇਆ ਹੀ ਨਹੀਂ ਅਤੇ ਤੂੰ ਮੂੰਹ ਚੁੱਕ ਕੇ ਕਿਵੇਂ ਆ ਗਈ, ਹੁਣ ਪਿੱਛੇ ਜਾ ਕੇ ਚੁੱਪ ਕਰਕੇ ਬੈਠ ਜਾ ਅਤੇ ਅੱਗੇ ਨਾ ਆਵੀਂ। ਕਹਿੰਦੇ ਜਦੋਂ ਪੁੰਨਿਆ ਨੇ ਇਹ ਸ਼ਬਦ ਸੁਣੇ ਨਾ ਬੜੀ ਉਦਾਸ ਹੋ ਗਈ, ਪਰ ਉਹ ਪਿੱਛੇ ਚੁੱਪ ਕਰਕੇ ਬੈਠ ਗਈ। ਕਹਿੰਦੇ ਜਦੋਂ ਪਰਮਾਤਮਾ ਦੀ ਭਗਤ ਬੰਦਗੀ ਹੋਈ ਨਾ ਅਤੇ ਉਹ ਬੜਾ ਉੱਥੇ ਲੀਨ ਹੋ ਕੇ, ਅਤੇ ਕਹਿੰਦੇ ਜਦੋਂ ਅਰਦਾਸ ਹੋਈ ਨਾ ਸਾਰਿਆਂ ਨੂੰ ਮੱਸਿਆ ਨੇ ਪ੍ਰਸ਼ਾਦ ਦਿੱਤਾ ਅਤੇ ਚੋਖਾ ਚੋਖਾ ਪ੍ਰਸ਼ਾਦ ਦਿੱਤਾ ਵੀ ਘਰ ਵੀ ਲੈ ਕੇ ਜਾਓ। ਅਤੇ ਜਦੋਂ ਉਹ ਪੁੰਨਿਆ ਦੇ ਕੋਲ ਆਈ ਨਾ ਅਤੇ ਉਹਨੂੰ ਕਹਿੰਦੀ ਤੇਰੇ ਵਰਗੇ ਮੰਗਤਿਆਂ ਲਈ ਤਾਂ ਪ੍ਰਸ਼ਾਦ ਨਹੀਂ ਹੈਗਾ, ਜੋ ਬਿਨ ਸੱਦੇ ਹੀ ਘਰ ਮੂੰਹ ਚੁੱਕ ਕੇ ਆ ਜਾਣ, ਜਿਵੇਂ ਆਈ ਹੈ ਉਵੇਂ ਤੁਰ ਜਾ। ਕਹਿੰਦੇ ਹੁਣ ਉਹ ਵਿਚਾਰੀ ਉੱਥੇ ਰੋ ਕੇ ਅਤੇ ਵਾਪਸ ਘਰ ਚਲੇ ਗਏ, ਪਰ ਘਰ ਜਾ ਕੇ ਉਹਨੇ ਕਿਸੇ ਨੂੰ ਨਾ ਦੱਸਿਆ ਵੀ ਮੱਸਿਆ ਨੇ ਅੱਜ ਮੇਰਾ ਬੜਾ ਜਿਹੜਾ ਅਪਮਾਨ ਕੀਤਾ। ਕਹਿੰਦੇ ਹੁਣ ਜਦੋਂ ਗਈ ਨਾ ਤਾਂ ਸਵੇਰ ਜਦੋਂ ਹੋਈ ਤਾਂ ਉਹ ਕਹਿੰਦੀ ਵੀ ਮੇਰਾ ਮਨ ਕਰਦਾ ਮੈਂ ਆਪਣੇ ਪੇਕਿਆਂ ਦੇ ਜਾ ਕੇ ਆਵਾਂ ਅਤੇ ਮੈਂ ਪੇਕਿਆਂ ਦੇ ਚੱਲੀ ਹਾਂ ਅਤੇ ਸਵੇਰੇ ਆ ਜਾਵਾਂਗੀ, ਜਵਾਕਾਂ ਦਾ ਧਿਆਨ ਰੱਖ ਲਿਓ। ਸੱਸ ਸਹੁਰੇ ਤੋਂ ਵੀ ਆਗਿਆ ਲੈ ਕੇ ਅਤੇ ਚਲੀ ਗਈ। ਕਹਿੰਦੇ ਪਹਿਲਾਂ ਸਫ਼ਰ ਜ਼ਿਆਦਾਤਰ ਪੈਦਲ ਹੀ ਤੈਅ ਕਰਿਆ ਕਰਦੇ ਸੀ। ਕਹਿੰਦੇ ਤੁਰਦੇ ਤੁਰਦੇ ਨਾ ਉਹ ਇੱਕ ਥਾਂ 'ਤੇ ਗਈ। ਕਹਿੰਦੇ ਜਦੋਂ ਤੁਰਨ ਦੀ ਸੀ ਨਾ ਅੱਗੇ ਇੱਕ ਬੇਬੇ ਆਈ ਜਿਹਦੇ ਵਾਲ ਖੁੱਲ੍ਹੇ ਪਏ ਸੀ। ਕਹਿੰਦੇ ਉਹਨੇ ਬੇਬੇ ਨੇ ਆਵਾਜ਼ ਲਗਾਈ, ਧੀਏ ਮੇਰੇ ਜਿਹੜਾ ਹੱਥ ਨਾ ਮੇਰੇ ਵਾਲਾਂ ਤੱਕ ਨਹੀਂ ਪਹੁੰਚਦੇ ਪਏ, ਮੇਰੇ ਵਾਲ ਖੁੱਲ੍ਹੇ ਨੇ, ਜੇ ਤੂੰ ਥੋੜ੍ਹਾ ਜਿਹਾ ਮੇਰੇ ਲਈ ਇਹ ਕੰਮ ਕਰ ਦੇ। ਉਹ ਬੇਬੇ ਦੇ ਕੋਲ ਗਈ, ਉਹਨੇ ਚੰਗੀ ਤਰ੍ਹਾਂ ਤੇਲ ਲਾ ਅਤੇ ਬੇਬੇ ਦੇ ਜਿਹੜਾ ਸਿਰ ਸੀ ਉਹ ਵਾਹ ਦਿੱਤਾ। ਬੇਬੇ ਕਹਿਣ ਲੱਗੀ, ਧੀਏ ਮੇਰਾ ਵਿਹੜਾ ਵੀ ਬੜਾ ਗੰਦਾ ਹੋਇਆ ਪਿਆ, ਇਹ ਸੁੰਭਰ ਦੇਂਗੀ?
ਉਹਨੇ ਝਾੜੂ ਮਾਂਜਾ ਲਿਆ ਅਤੇ ਸਾਰਾ ਵਿਹੜਾ ਸੁੰਭਰ ਕੇ ਅਤੇ ਸਾਫ਼ ਕਰ ਦਿੱਤਾ। ਫਿਰ ਤੁਰਦੀ ਤੁਰਦੀ ਅਗਾਂ ਗਈ। ਅਗਾਂ ਇੱਕ ਬਜ਼ੁਰਗ ਬਾਬਾ ਬੈਠਾ ਪਿਆ ਸੀ। ਉਹਦਾ ਹੁਲੀਆ ਬੜਾ ਹੀ ਗੰਦਾ ਸੀ। ਉਹ ਬਾਬੇ ਨੇ ਆਵਾਜ਼ ਲਗਾਈ, ਧੀਏ ਮੈਂ ਬੜੀ ਦੇਰ ਦਾ ਪਿਆਸਾ ਵਾਂ, ਤੂੰ ਪਾਣੀ ਪਿਆ ਦੇਂਗੀ? ਨਾਲ ਹੀ ਖੂਹ ਸੀ, ਉਹਨੇ ਬਾਲਟੀ ਸੱਟੀ ਅਤੇ ਪਾਣੀ ਕੱਢ ਕੇ ਬਾਬੇ ਨੂੰ ਪਿਆਇਆ। ਫਿਰ ਦੇਖਿਆ ਵੀ ਬਾਬੇ ਦੇ ਤਾਂ ਜ਼ਖਮ ਹੀ ਬੜੇ ਲੱਤਾਂ 'ਤੇ ਹੋਏ ਪਏ ਨੇ। ਉਹਨੇ ਬਾਬੇ ਨੂੰ ਨਵਾ ਕੇ ਵਾਲ ਵਾਹ ਸੋਹਣੇ ਕੱਪੜੇ ਪਾ ਅਤੇ ਉਹ ਜ਼ਖਮਾਂ ਦੇ ਉੱਤੇ ਨਿੰਮ ਜਿਹੜੀ ਸੀ ਉਹ ਚੰਗੀ ਤਰ੍ਹਾਂ ਕੁੱਟ ਉੱਤੇ ਲਾ, ਆਪਣੀ ਚੁੰਨੀ ਨਾਲ ਇਹ ਕੱਪੜਾ ਪਾੜ ਅਤੇ ਉੱਤੇ ਬੰਨ ਦਿੱਤਾ। ਕਹਿੰਦੀ ਬਾਬੇ ਨੂੰ, ਕਹਿੰਦੀ ਬਾਬਾ ਹੁਣ ਧਿਆਨ ਰੱਖੀ। ਇੰਨਾ ਕਹਿ ਕੇ ਅਗਾਂ ਚਲੀ ਗਈ। ਹੁਣ ਅਗਾਂ ਜਾ ਕੇ ਇੱਕ ਹੋਰ ਬਜ਼ੁਰਗ ਬੇਬੇ ਮਿਲੀ। ਕਹਿੰਦੇ ਉਹ ਮੰਦਰ ਦੇ ਬਾਹਰ ਬੈਠੀ ਸੀ। ਉਹ ਬਾਹਰ ਬੈਠੀ ਕਹਿੰਦੀ ਵੀ ਧੀਏ ਇਹ ਮੰਦਰ ਬੜਾ ਗੰਦਾ ਹੋਇਆ ਪਿਆ, ਜੇ ਤੈਨੂੰ ਸਾਫ਼ ਕਰ ਦੇ ਤਾਂ ਮੈਂ ਤੇਰਾ ਬੜਾ ਧੰਨਵਾਦ ਕਰਾਂ। ਉਹਨੇ ਹੁਣ ਧਾਰਮਿਕ ਬਿਰਤੀ ਵਾਲੀ ਸੀ, ਉਹਦੇ ਲਈ ਤਾਂ ਸਭ ਪਰਮਾਤਮਾ ਇੱਕ ਹੀ ਸੀ। ਉਹ ਗਈ ਅਤੇ ਸਾਫ਼ ਕਰ ਆਈ। ਕਹਿੰਦੀ ਧੀਏ ਮੇਰੇ ਹੱਥ ਪੈਰ ਬੜੇ ਟੁੱਟਦੇ ਪਏ ਨੇ। ਉਹਨੇ ਨਾ ਉਹ ਬੇਬੇ ਦੇ ਹੱਥ ਪੈਰ ਚੰਗੀ ਤਰ੍ਹਾਂ ਘੁੱਟ ਦਿੱਤੇ। ਉਸ ਤੋਂ ਬਾਅਦ ਉੱਥੋਂ ਜਾਣ ਲੱਗੀ। ਹੁਣ ਅੱਗੇ ਆ ਕੇ ਨਾ ਇੱਕ ਹੋਰ ਬੇਬੇ ਮਿਲੀ। ਉੱਥੇ ਬੜਾ ਵੱਡਾ ਕਿ ਦਰਿਆ ਸੀ। ਉਹ ਦਰਿਆ ਦੇ ਕੰਢੇ ਉਹ ਬੇਬੇ ਦਾ ਘਰ ਸੀ। ਕਹਿੰਦੀ ਧੀਏ ਮੇਰੇ ਸਾਰਾ ਸਿਰ ਜੂਆਂ ਨਾਲ ਭਰਿਆ ਪਿਆ, ਸਲਾਬ ਹੀ ਸਲਾਬ ਹੋਈ ਪੀਏ, ਜੇ ਤੂੰ ਮੇਰੀ ਮਦਦ ਕਰ ਦੇ। ਉਹਨੇ ਬੇਬੇ ਦੀਆਂ ਜੂਆਂ ਕੱਢੀਆਂ ਅਤੇ ਜਿੰਨਾ ਉਹਦੇ ਘਰ ਰੇਤਾ ਭਰਿਆ ਪਿਆ ਸੀ ਸਾਰਾ ਸਾਫ਼ ਕਰ ਦਿੱਤਾ। ਬੇਬੇ ਕਹਿਣ ਲੱਗੀ, ਧੀਏ ਜਦੋਂ ਜਾਏਂਗੀ ਨਾ ਘਰ ਵਾਪਸ ਤਾਂ ਮੇਰੇ ਕੋਲ ਜ਼ਰੂਰ ਆਈ, ਆ ਕਿਸ਼ਤੀ ਬੇੜੀ ਲੈ ਅਤੇ ਇਹਦੇ ਰਾਹੀਂ ਘਰ ਵਾਪਸ ਜਾਈਂ। ਉਹ ਪਾਰ ਕਰਕੇ ਅਤੇ ਆਪਣੇ ਪੇਕੇ ਘਰ ਪਹੁੰਚ ਗਈ। ਜਦੋਂ ਪੇਕੇ ਘਰ ਪਹੁੰਚੀ ਤਾਂ ਭਾਬੀ ਦੇਖ ਕੇ ਬੜਾ ਖੁਸ਼ ਹੋਈ। ਉਹਨੇ ਬੜੇ ਪਿਆਰ ਨਾਲ ਮਿਲੀ, ਭਰਾ ਵੀ ਬੜੇ ਪਿਆਰ ਨਾਲ ਮਿਲਿਆ ਅਤੇ ਪਿਤਾ ਵੀ ਬੜੇ ਪਿਆਰ ਨਾਲ ਮਿਲਿਆ। ਪਰ ਜਦੋਂ ਮਾਂ ਮਿਲੀ ਨਾ ਬੜੀਆਂ ਗਾਲਾਂ ਮਿਹਣੇ ਤਾਣੇ ਦੇਣ ਲੱਗ ਗਈ ਵੀ ਘਰ ਬਣਦੀ ਨਹੀਂ ਅਤੇ ਮੂੰਹ ਚੁੱਕ ਕੇ ਇੱਥੇ ਆ ਜਾਂਦੀ ਹੈ। ਭਾਬੀ ਨੇ ਕਿਹਾ ਵੀ ਮਾਂ ਜੀ ਜਿਹਦੇ ਧੀਆਂ ਹੁੰਦੀਆਂ ਨੇ ਪੇਕੇ ਹੀ ਆਉਣੇ ਹੁੰਦੇ ਨੇ ਅਤੇ ਇਹਨਾਂ ਲਈ ਜੇ ਖੁੱਲ੍ਹੇ ਬੂਹੇ ਰੱਖੀਏ ਨਾ ਤਾਂ ਪਰਮਾਤਮਾ ਬੜਾ ਕੁਝ ਦਿੰਦਾ। ਉਹਨੇ ਕੁਝ ਨਾ ਸੁਣੀ ਅਤੇ ਮਾੜੇ ਸ਼ਬਦ ਬੋਲੀ ਜਾਵੇ। ਕਹਿੰਦੇ ਉਹ ਉਹਨੂੰ ਅੰਦਰ ਲੈ ਗਈ। ਹੁਣ ਉਹਨੇ ਉੱਥੇ ਜਾ ਕੇ ਵੀ ਪੁੰਨਿਆ ਨੇ ਆਪਣੀ ਭਾਬੀ ਨਾਲ ਸਾਰਾ ਕੰਮ ਕਰਵਾਇਆ। ਕਹਿੰਦੇ ਰਾਤ ਹੋਈ, ਗੱਲਾਂ ਬਾਤਾਂ ਕੀਤੀਆਂ, ਸਵੇਰ ਹੋਈ ਅਤੇ ਪੁੰਨਿਆ ਕਹਿੰਦੀ ਵੀ ਮੈਂ ਮਿਲ ਲਿਆ, ਹੁਣ ਮੈਂ ਜਾਣਾ। ਭਾਬੀ ਕਹਿਣ ਲੱਗੀ ਵੀ ਧੀਆਂ ਨਾ ਆਪਣੇ ਪੇਕੇ ਘਰੋਂ ਖਾਲੀ ਜਾਂਦੀਆਂ ਚੰਗੀਆਂ ਨਹੀਂ ਲੱਗਦੀਆਂ। ਉਹਨੇ ਇੱਕ ਸੂਟ ਕੱਢਿਆ ਅਤੇ ਉਹਨੂੰ ਦੇ ਦਿੱਤਾ। ਉਹਨੇ ਝੋਲੇ 'ਚ ਸੂਟ ਪਾਇਆ ਅਤੇ ਲੈ ਕੇ ਚਲੀ ਗਈ। ਹੁਣ ਤੁਰਦੇ ਤੁਰਦੇ ਉਹੀ ਬੇਬੇ ਮਿਲੀ ਜਿਸਦੇ ਘਰ ਰੇਤਾ ਸੀ। ਉਹਨੇ ਕਿਹਾ, ਧੀਏ ਘਰ ਜਾਂਦੀ ਹੈ? ਉਹਨੇ ਕਿਹਾ, ਹਾਂ ਬੇਬੇ ਘਰ ਜਾਂਦੀ ਹਾਂ। ਉਹਨੇ ਰੇਤੇ ਦੀ ਮੁੱਠ ਭਰੀ ਅਤੇ ਉਹਦੇ ਵਿੱਚ ਪਾ ਤੀ। ਕਹਿੰਦੀ ਆ ਵੀ ਲੈ ਜਾ। ਹੁਣ ਉਹ ਸੋਚਣ ਲੱਗੀ ਵੀ ਇਹ ਬਜ਼ੁਰਗ ਨੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਪਿਆ, ਚੱਲ ਦੇਤੀ ਤਾਂ ਕੋਈ ਨਾ, ਘਰ ਜਾ ਕੇ ਪਾਸੇ ਕੱਢ ਦਾਂਗੀ। ਅੱਗੇ ਗਈ ਉਹ ਮੰਦਰ ਦੇ ਅੱਗੇ ਬਜ਼ੁਰਗ ਬੇਬੇ ਬੈਠੀ ਸੀ। ਜਿੱਥੇ ਬੈਠੀ ਬੜੇ ਰੋੜੇ ਪਏ ਸਨ। ਉਹਨੇ ਵੱਡੇ ਵੱਡੇ ਰੋੜੇ ਇੱਟੇ ਚੁੱਕੇ ਅਤੇ ਵਿੱਚ ਪਾ ਤੇ। ਕਹਿੰਦੀ ਪੁੱਤ ਆ ਵੀ ਲੈ ਜਾ। ਉਹਨੇ ਹੱਸ ਕੇ ਉਹ ਵੀ ਪਵਾ ਲਈ। ਅੱਗੇ ਬਜ਼ੁਰਗ ਬਾਬਾ ਬੈਠਾ ਸੀ। ਉਹਨੇ ਨਾ ਖੂਹ ਦੇ ਨਾਲ ਬੜੀ ਵੱਡੀ ਬੇਰੀ ਸੀ। ਉਹਨੂੰ ਕਿਹਾ, ਧੀਏ ਇਹ ਸਾਰੇ ਬੇਰ ਹੂੰਝ ਲੈ ਅਤੇ ਨਾਲ ਲੈ ਜਾ। ਉਹਨੇ ਉਵੇਂ ਕੀਤਾ, ਲੈ ਕੇ ਅਤੇ ਘਰ ਚਲੀ ਗਈ। ਹੁਣ ਅੱਗੇ ਉਹ ਖੁੱਲ੍ਹੇ ਵਾਲਾਂ ਵਾਲੀ ਬੀਬੀ ਮਿਲੀ ਜਿਹਦਾ ਵਿਹੜਾ ਸੁੰਭਰਿਆ ਸੀ। ਉਹ ਬੇਬੀ ਕਹਿੰਦੀ, ਧੀਏ ਤੂੰ ਮੇਰਾ ਵਿਹੜਾ ਸੁੰਭਰਿਆ ਸੀ ਨਾ, ਆ ਜਿੰਨੇ ਪੱਤੇ ਨੇ ਨਾ ਆ ਸਾਰੇ ਝੋਲੀ 'ਚ ਪਾ ਲੈ। ਉੱਥੋਂ ਪਾ ਕੇ ਅਤੇ ਉਹ ਆ ਗਈ। ਕਹਿੰਦੇ ਜਦੋਂ ਘਰ ਆਈ ਤਾਂ ਉਹਨੂੰ ਲੱਗਾ ਵੀ ਉਹਨਾਂ ਨੇ ਤਾਂ ਐਵੇਂ ਮੈਨੂੰ ਇਹ ਸਾਰਾ ਕੁਝ ਦੇ ਦਿੱਤਾ, ਬੇਰ ਅੰਦਰ ਰੱਖੇ ਅਤੇ ਬਾਕੀ ਕੁਝ ਇੱਕ ਘਰ ਦੇ ਪਾਸੇ ਉਹਨੇ ਰੱਖ ਗਏ ਅਤੇ ਆਪਣੇ ਕੰਮ ਕਾਰ ਨੂੰ ਲੱਗ ਗਈ। ਕਹਿੰਦੇ ਜਦੋਂ ਕੰਮ ਕਰਕੇ ਉਹ ਆਪਣੇ ਕੰਮ ਕਾਰ 'ਚ ਵਿਅਸਤ ਸੀ ਨਾ ਅਤੇ ਉਹਦੇ ਘਰ ਵਾਲੇ ਨੇ ਦੇਖਿਆ ਵੀ ਘਰ ਦੇ ਕੋਨੇ 'ਚ ਪਤਾ ਨਹੀਂ ਕੀ ਜਾਗਦਾ ਪਿਆ। ਜਦੋਂ ਉੱਥੇ ਜਾ ਕੇ ਦੇਖਿਆ ਤਾਂ ਕਹਿੰਦੇ ਹੀਰੇ ਜਵਾਹਰਾਤ ਸੋਨਾ ਅਤੇ ਉਹ ਰੇਤਾ ਵੀ ਕਿਸੇ ਚੀਜ਼ 'ਚ ਬਦਲਿਆ ਪਿਆ। ਕਹਿੰਦੇ ਉਹਦਾ ਘਰ ਵਾਲੇ ਨੇ ਆਵਾਜ਼ ਲਗਾਈ ਵੀ ਤੂੰ ਉੱਥੇ ਕੀ ਸੱਟਿਆ ਸੀ? ਉਹਨੇ ਸਾਰੀ ਗੱਲਬਾਤ ਦੱਸੀ ਵੀ ਐਵੇਂ ਰਸਤੇ 'ਚ ਚਾਰ ਜਣੇ ਮਿਲੇ ਸੀ ਅਤੇ ਉਹਨਾਂ ਇਹ ਸਾਰਾ ਕੁਝ ਮੈਨੂੰ ਦਿੱਤਾ।
ਉਹ ਛੇਤੀ ਨਾਲ ਸਾਰਾ ਕੁਝ ਪਾ ਕੇ ਅਤੇ ਅੰਦਰ ਲਿਆਏ। ਉਹਦਾ ਘਰ ਵਾਲਾ ਅਤੇ ਉਹਦੇ ਜਿਹੜਾ ਸੱਸ ਸਹੁਰਾ ਕਹਿਣ ਲੱਗੇ ਵੀ ਧੀਏ, ਪਰਮਾਤਮਾ ਨੇ ਤੇਰੇ ਗੁਣਾਂ ਅਤੇ ਵਤੀਰੇ ਦਾ ਹੀ ਤੈਨੂੰ ਅੱਜ ਮੁੱਲ ਪਾਇਆ, ਤੇਰੀ ਨੇਕੀ ਦਾ ਤੈਨੂੰ ਫਲ ਦਿੱਤਾ। ਕਹਿੰਦੇ ਹੁਣ ਉਹਨਾਂ ਦਾ ਜਿਹੜਾ ਟੁੱਟਾ ਜਿਹਾ ਘਰ ਸੀ ਉਸ ਥਾਂ 'ਤੇ ਬੜਾ ਸੋਹਣਾ ਘਰ ਬਣ ਗਿਆ। ਉਹਦਾ ਘਰ ਵਾਲਾ ਬੜੀ ਸਾਰੀ ਜ਼ਮੀਨ ਲੈ ਕੇ ਵਾਹੀ ਕਰਨ ਲੱਗ ਗਿਆ। ਕਹਿੰਦੇ ਉਹਦਾ ਵਤੀਰਾ ਹਜੇ ਵੀ ਉਵੇਂ, ਪੁੰਨਿਆ ਕੋਲ ਕੋਈ ਵੀ ਮਦਦ ਲਈ ਆਉਂਦਾ ਪੁੰਨਿਆ ਕਿਸੇ ਨੂੰ ਖਾਲੀ ਨਾ ਜਾਣ ਦਿੰਦੀ, ਹਰ ਇੱਕ ਦੀ ਮਦਦ ਕਰਦੀ। ਕਹਿੰਦੀ ਪ੍ਰਸ਼ਾਦਾ ਪਾਣੀ ਤਾਂ ਆਪਣੀ ਹੈਸੀਅਤ ਅਨੁਸਾਰ ਪਹਿਲਾਂ ਹੀ ਆਏਗੇ ਨੂੰ ਖਵਾਉਂਦੀ ਸੀ, ਕਹਿੰਦੇ ਰਾਗੀਰਾਂ ਨੂੰ ਖਵਾਉਂਦੀ ਸੀ, ਪਰ ਹੁਣ ਹੋਰ ਮਦਦ ਕਰਨ ਲੱਗੀ। ਕਹਿੰਦੇ ਹੁਣ ਇਹ ਗੱਲ ਨਾ ਜਦੋਂ ਮੱਸਿਆ ਦੇ ਕੋਲ ਪਹੁੰਚੀ ਨਾ ਤਾਂ ਮੱਸਿਆ ਨੇ ਇਹ ਗੱਲ ਬਰਦਾਸ਼ਤ ਨਾ ਕਰ ਸਕੀ ਵੀ ਪੁੰਨਿਆ ਕਿਵੇਂ ਅਮੀਰ ਹੋ ਸਕਦੀ ਹੈ। ਉਹਦੇ ਕੋਲ ਆਈ, ਉਹਨੂੰ ਆ ਕੇ ਪੁੱਛਦੀ ਵੀ ਤੂੰ ਦੱਸ ਕਿਵੇਂ ਅਮੀਰ ਹੋਈ। ਉਹਨੇ ਕਿਹਾ ਕੁਝ ਨਹੀਂ, ਮੈਂ ਤਾਂ ਪੇਕੇ ਗਈ ਸੀ ਅਤੇ ਉੱਥੋਂ ਹੀ ਅਮੀਰ ਹੋ ਕੇ ਆ ਗਈ ਹਾਂ। ਭਾਬੀ ਨੇ ਮੈਨੂੰ ਜਿਹੜਾ ਸੂਟ ਦਿੱਤਾ ਸੀ ਨਾ ਉਹਨੇ ਰੰਗ ਭਾਗ ਲਾ ਤਾ। ਕਹਿੰਦੀ ਇੰਨੀ ਕਹਿਣ ਦੀ ਦੇਰ ਸੀ ਅਤੇ ਅਗਲੇ ਦਿਨ ਹੀ ਆਪਣੇ ਘਰ ਵਾਲੇ ਨੂੰ ਕਹਿ ਕੇ ਗਈ ਵੀ ਮੈਂ ਨਾ ਪੇਕੇ ਚੱਲੀ ਹਾਂ। ਉਹਨਾਂ ਕਿਹਾ ਠੀਕ ਹੈ। ਉਵੇਂ ਤੁਰਦੀ ਤੁਰਦੀ ਗਈ, ਪਹਿਲਾਂ ਉਹੀ ਬੇਬੇ ਵਾਲ ਖੁੱਲਿਆਂ ਵਾਲੀ ਮਿਲੀ। ਉਹਨੇ ਕਿਹਾ ਧੀਏ ਮੇਰਾ ਵਾਲ ਵਾਹ ਦੇਂਗੀ, ਮੇਰਾ ਵਿਹੜਾ ਸੁੰਭਰ ਦੇਂਗੀ? ਕਹਿੰਦੀ ਮੇਰੇ ਘਰ ਇੰਨੇ ਨੌਕਰ ਚਾਕਰ ਨੇ, ਮੈਂ ਕਦੇ ਝਾੜੂ ਨੂੰ ਹੱਥ ਨਹੀਂ ਲਾਇਆ ਅਤੇ ਤੇਰੇ ਘਰ ਮੈਂ ਕਿਉਂ ਝਾੜੂ ਲਾਵਾਂ? ਔਖੇ ਸ਼ਬਦ ਬੋਲ ਕੇ ਅਤੇ ਅੱਗੇ ਚੱਲੀ ਗਈ। ਹੁਣ ਨਾ ਉਹਨੇ ਆਪਣੀ ਭੈਣ ਤੋਂ ਅਤੇ ਕਿਸੇ ਤੋਂ ਸੁਣਿਆ ਹੋਇਆ ਸੀ ਵੀ ਉਹ ਜਿਹੜੀ ਬੇਬੇ ਨੇ ਨਾ ਉਹ ਕਿਸੇ ਨੂੰ ਕੁਝ ਨਾ ਕੁਝ ਐਵੇਂ ਦਿੰਦੀ ਨੇ ਅਤੇ ਉੱਥੋਂ ਹੀ ਅਮੀਰ ਹੋ ਕੇ ਆਈ ਹੈ। ਹੁਣ ਬਜ਼ੁਰਗ ਬਾਬੇ ਕੋਲ ਗਈ, ਜ਼ਖਮ ਜਿਹੜੇ ਉਵੇਂ ਹੀ ਹੋਏ ਪਏ। ਉਹ ਬਾਬੇ ਨੇ ਕਿਹਾ ਵੀ ਮੈਨੂੰ ਪਿਆਸ ਲੱਗੀ ਹੈ ਅਤੇ ਮੇਰੇ ਜ਼ਖਮ ਠੀਕ ਕਰ ਦੇ। ਕਹਿੰਦੀ ਪਿਆਸ ਲੱਗੀ ਹੈ ਅਤੇ ਹੱਥ ਦਿੱਤੇ ਨੇ, ਉੱਥੋਂ ਪਾਣੀ ਫੜ ਅਤੇ ਪੀ ਲੈ, ਜ਼ਖਮ ਤੇਰੇ ਨੇ ਉੱਤੇ ਤੂੰ ਪੱਟੀ ਲਾ ਕੇ ਮੈਂ ਹੁਣ ਕਰਨੇ, ਇਹਨਾਂ ਮੱਖੀਆਂ ਬੈਣਦੀਆਂ ਨੇ ਤੂੰ ਚੱਲਣੀ ਹੈ ਕਿ ਮੈਂ ਕਰਨੀ ਹੈ? ਉੱਥੇ ਵੀ ਕੋੜੇ ਸ਼ਬਦ ਬੋਲ ਕੇ ਅਤੇ ਅੱਗੇ ਆ ਗਈ। ਅੱਗੇ ਉਹੀ ਬਜ਼ੁਰਗ ਬੇਬੇ ਮਿਲੀ ਵੀ ਤੂੰ ਮੰਦਰ ਸਾਫ਼ ਕਰ ਦੇ, ਮੇਰੇ ਹੱਥ ਪੈਰ ਘੁੱਟ ਦੇ। ਕਹਿੰਦੀ ਸਾਫ਼ ਕਰਨਾ ਜਿਹੜੇ ਮੱਥਾ ਟੇਕਣ ਆਉਂਦੇ ਨੇ ਉਹ ਨਹੀਂ ਕਰ ਸਕਦੇ, ਅਤੇ ਤੇਰੇ ਹੱਥ ਪੈਰ ਮੈਂ ਕਿਉਂ ਘੁੱਟਾਂ? ਤੇਰੇ ਹੱਥ ਕਿਹੜਾ ਟੁੱਟੇ ਨੇ, ਇਹਨਾਂ ਨਾਲ ਹੀ ਪੈਰ ਘੁੱਟ ਲੈ। ਅੱਗੇ ਬੇਬੇ ਮਿਲੀ ਜਿਹਦੇ ਜੂਆਂ ਪਈਆਂ ਸਨ ਅਤੇ ਰੇਤਾ ਹੀ ਰੇਤਾ ਸੀ। ਉਹ ਵੀ ਵਿਚਾਰੀ ਕਹਿੰਦੀ ਵੀ ਜੂਆਂ ਕੱਢ ਦੇ ਅਤੇ ਰੇਤਾ ਸਾਫ਼ ਕਰ ਦੇ। ਕਹਿੰਦੀ ਮੈਂ ਤਾਂ ਕਦੀ ਆਪਣੇ ਸਿਰ 'ਚ ਆਪ ਕੰਘੀ ਨਹੀਂ ਕੀਤੀ, ਉਹਦੇ ਲਈ ਗੋਲੀਆਂ ਰੱਖੀਆਂ ਨੇ ਅਤੇ ਤੇਰੇ ਸਿਰ 'ਚੋਂ ਕਿਉਂ ਕੱਢਾਂ? ਉੱਥੇ ਵੀ ਮਾੜਾ ਸ਼ਬਦ ਬੋਲ ਕੇ ਅਤੇ ਚਲੀ ਗਈ। ਜਾ ਕੇ ਜਦੋਂ ਮਿਲੀ ਅਤੇ ਭਾਬੀ ਨੂੰ ਵੀ ਬੜੇ ਕੌੜੇ ਸ਼ਬਦ ਬੋਲੇ, ਮਾਂ ਦੇ ਨਾਲ ਬੜੇ ਪਿਆਰ ਨਾਲ ਮਿਲੀ। ਭਾਬੀ ਨੂੰ ਕਹਿੰਦੀ ਦੇਖ ਮੈਂ ਸਵੇਰੇ ਜਾਣਾ ਅਤੇ ਮੈਨੂੰ ਸੂਟ ਦੇ ਦੇ। ਉਹ ਕਹਿੰਦੀ ਵੀ ਮੇਰੇ ਕੋਲ ਤੇਰੇ ਲਾਇਕ ਕੋਈ ਸੂਟ ਨਹੀਂ। ਉਹ ਕਹਿੰਦੀ ਤੇਰੇ ਕੋਲ ਪੁੰਨਿਆ ਲਾਇਕ ਸੂਟ ਹੈਗਾ ਸੀ? ਉਹ ਕਹਿੰਦੀ ਵੀ ਉਹਨੂੰ ਤਾਂ ਜਿਵੇਂ ਦੇ ਦੇਦਾਂ ਉਹ ਉਵੇਂ ਦਾ ਸੱਤ ਬਚਨ ਕਰ ਲੈਂਦੀ, ਪਰ ਤੇਰੇ ਜੋਗਾ ਨਖਰਿਆਂ ਜੋਗਾ ਨਹੀਂ ਹੈਗਾ। ਇਹ ਸ਼ਬਦ ਸੁਣੇ ਤਾਂ ਆਪਣੀ ਮਾਂ ਨੂੰ ਕਹਿਣ ਲੱਗੀ। ਉਹਦੀ ਮਾਂ ਕਹਿੰਦੀ ਤੂੰ ਇਹ ਗਰੀਬਣੀ ਤੋਂ ਕਿਉਂ ਮੰਗਣੀ ਹੈ, ਇਹ ਮੰਗਤੀ ਤੋਂ ਕਿਉਂ ਮੰਗਣੀ? ਸੂਟ ਤੈਨੂੰ ਜਿਵੇਂ ਦੇ ਕਹੇਂਗੀ ਮੈਂ ਲੈ ਕੇ ਦਊਂਗੀ। ਕਹਿੰਦੇ ਸਵੇਰ ਹੋਈ ਅਤੇ ਮਾਂ ਤੋਂ ਸੂਟ ਲੈ ਕੇ ਅਤੇ ਚਲੀ ਗਈ। ਹੁਣ ਜਾਂਦਿਆਂ ਉਸੇ ਬੇਬੇ ਦੇ ਕੋਲ ਗਈ ਜਿਹੜਾ ਉਹਦਾ ਘਾਟ ਦੇ ਕੋਲ ਘਰ ਸੀ ਜਿੱਥੇ ਰੇਤਾ ਹੀ ਰੇਤਾ ਸੀ। ਉਹਦੇ ਕੋਲ ਗਈ ਵੀ ਤੂੰ ਮੇਰੀ ਭੈਣ ਨੂੰ ਦਿੱਤਾ ਸੀ ਅਤੇ ਮੈਨੂੰ ਵੀ ਦੇ। ਉਹਨੇ ਮੁੱਠ ਰੇਤਾ ਪਾ ਤਾ। ਅੱਗੇ ਬਜ਼ੁਰਗ ਬੇਬੇ ਕੋਲ ਗਈ, ਉਹਨੇ ਇੱਟਾਂ ਦੇ ਤੀਆਂ। ਅੱਗੇ ਬਜ਼ੁਰਗ ਬਾਬੇ ਕੋਲ ਗਈ, ਉਹਨੇ ਵੀ ਜਿਹੜਾ ਉੱਥੋਂ ਬੇਰੀ ਦੇ ਬੇਰ ਚੁਕਾ ਦਿੱਤੇ। ਅੱਗੇ ਜਾ ਕੇ ਅਤੇ ਉਹਨੂੰ ਉਹੀ ਬੇਬੇ ਮਿਲੀ ਜਿਹਦੇ ਸਿਰ ਦੇ ਵਾਲ ਖੁੱਲ੍ਹੇ ਸਨ, ਉਹਨੇ ਵਿਹੜੇ ਦਿਓ ਪੱਤੇ ਚੁਕਾ ਤੇ। ਉਹਨੇ ਸਾਰਾ ਕੁਝ ਝੋਲੇ 'ਚ ਪਾ ਕੇ ਅਤੇ ਘਰ ਲੈ ਗਈ। ਹੁਣ ਘਰ ਜਾ ਕੇ ਸੀ ਵੀ ਛੇਤੀ ਛੇਤੀ ਖੋਲ੍ਹਾਂ ਵੀ ਵਿੱਚ ਕੀ ਹੈ। ਹੁਣ ਜਿਵੇਂ ਵਿੱਚ ਹੱਥ ਪਾਉਂਦੀ ਨਾ ਵਿੱਚ ਕੀੜੇ ਮਕੌੜੇ ਅਤੇ ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਉਹਨੂੰ ਵੱਢ ਵੱਢ ਬੁਰਾ ਹਾਲ ਕਰ ਦਿੰਦੇ ਨੇ। ਉਹ ਰੋਂਦੀ ਕੁਰਲਾਉਂਦੀ ਨਾ ਆਪਣੀ ਭੈਣ ਕੋਲ ਜਾਂਦੀ ਹੈ ਵੀ ਤੇਰੇ ਕਰਕੇ ਹੀ ਹੋਇਆ, ਤੂੰ ਮੈਨੂੰ ਗਲਤ ਚੀਜ਼ਾਂ ਦੱਸੀਆਂ। ਉਹਦੀ ਭੈਣ ਨੇ ਕਿਹਾ ਇਹ ਮੇਰੇ ਕਰਕੇ ਨਹੀਂ ਹੋਇਆ, ਪਰਮਾਤਮਾ ਤੁਹਾਡੀ ਨੇਕੀ ਦੇਖ ਕੇ ਹੀ ਤੁਹਾਨੂੰ ਫਲ ਦਿੰਦਾ, ਤੇਰੇ ਜਿਵੇਂ ਦੇ ਮਨ ਦੇ ਵਿਚਾਰ ਸਨ ਤੈਨੂੰ ਉਹੀ ਕੁਝ ਮਿਲ ਗਿਆ, ਤੂੰ ਮਾੜਾ ਲੋਕਾਂ ਦਾ ਸੋਚਦੀ ਸੀ ਅਤੇ ਤੇਰੇ ਨਾਲ ਮਾੜਾ ਹੀ ਵਾਪਰ ਗਿਆ।
ਕਹਿੰਦੇ ਤੂੰ ਜਿਵੇਂ ਦੀ ਜ਼ਬਾਨ ਦੀ ਕੌੜੀ ਹੈ ਅਤੇ ਜਿਵੇਂ ਦੂਜਿਆਂ ਦੇ ਪ੍ਰਤੀ ਈਰਖਾ ਕਰਨੀ ਹੈ ਉਹੀ ਤੈਨੂੰ ਫਲ ਮਿਲਿਆ। ਪਰਮਾਤਮਾ ਨੀਅਤ ਦਾ ਭਾਂਡਾ ਵੇਖ ਕੇ ਹੀ ਫਲ ਦਿੰਦਾ ਅਤੇ ਉਵੇਂ ਦਾ ਹੀ ਤੈਨੂੰ ਮਿਲ ਗਿਆ। ਤੂੰ ਲਾਲਚ ਕੀਤਾ ਅਤੇ ਲਾਲਚ ਨੇ ਹੀ ਤੇਰੀ ਅੱਖਾਂ 'ਤੇ ਐਸੀ ਪੱਟੀ ਬੰਨ੍ਹ ਦਿੱਤੀ ਜਿਸ ਕਰਕੇ ਤੂੰ ਕੌੜੇ ਸ਼ਬਦ ਬੋਲਦੀ ਸੀ ਅਤੇ ਮਨੁੱਖ ਨੂੰ ਮਨੁੱਖ ਨਹੀਂ ਸੀ ਸਮਝਦੀ। ਇਹਦੇ ਕਰਕੇ ਸਾਰਾ ਕੁਝ ਤੇਰੇ ਨਾਲ ਵਾਪਰਿਆ। ਲਾਲਚ ਮਨੁੱਖ ਨੂੰ ਕਿਸੇ ਜੋਗਾ ਨਹੀਂ ਛੱਡਦਾ। ਲਾਲਚ ਕਰਕੇ ਆਪਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ। ਲਾਲਚ ਕਰਕੇ ਦੂਜੇ ਦਾ ਹੱਕ ਖੋ ਲੈਂਦੇ ਹਾਂ। ਪਰ ਪਰਮਾਤਮਾ ਸਭ ਦੇਖਦੇ ਨੇ। ਇਸ ਧਰਤੀ 'ਤੇ ਹੀ ਨਰਕ ਅਤੇ ਧਰਤੀ 'ਤੇ ਹੀ ਸਵਰਗ ਹੈ। ਜੇ ਮਾੜਾ ਕਰੋਗੇ ਮਾੜਾ ਹੀ ਤੁਹਾਡੇ ਨਾਲ ਆਏਗਾ। ਤੁਹਾਡੇ ਜੀਵਨ ਦੇ ਵਿੱਚ ਦੁੱਖ ਮੁਸ਼ਕਿਲਾਂ ਹਰ ਵੇਲੇ ਖੜੀਆਂ ਰਹਿਣਗੀਆਂ। ਚੰਗਾ ਕਰੋਗੇ ਇੱਥੇ ਹੀ ਸੁੱਖ ਮਿਲੇਗਾ। ਇੱਥੇ ਜ਼ਿੰਦਗੀ ਸਵਰਗਾਂ ਵਰਗੀ ਬਣ ਜਾਏਗੀ। ਹੁਣ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਅਤੇ ਉਸ ਦੇ ਨਾਲ ਜ਼ਰੂਰ ਸਾਂਝੀ ਕਰਿਓ ਜਿਸ ਦਾ ਤੁਸੀਂ ਭਲਾ ਚਾਹੁੰਦੇ ਹੋ।